ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਤੇ ਸ਼ੁਰੂ ਕਰਦੇ ਹਾਂ ਅੱਜ ਦਾ ਪ੍ਰੋਗਰਾਮ ਪੰਜਾਬ ਦਾ ਪਹਿਲਾ ਜੀਸੀਬੀ ਆਪਰੇਟਰ ਟ੍ਰੇਨਿੰਗ ਇੰਸਟੀਚਿਊਟ ਗੁਰਵਿੰਦਰ ਹੈਵੀਅਟ ਮੋਬਿਲ ਸਟਾਂਟਾ ਹੁਣ ਖੁੱਲ ਗਿਆ ਹੈ ਫਰੀਦਕੋਟ ਵਿੱਚ ਹੋਈ ਅੰਜ ਹੀ ਸੰਪਰਕ ਕਰੋ ਸ਼ਹੀਦ ਭਗਤ ਸਿੰਘ ਆਈਟੀਆਈ ਪੱਖੀ ਰੋਡ ਨੀਰ ਚੁੰਗੀ ਨੰਬਰ 5 ਫਰੀਦਕੋਟ ਪੰਜਾਬ ਕਾਲ 8872032526 ਜੇ ਸਾਡਾ ਇਹ ਚੈਨਲ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਇਸ ਨੂੰ ਤੁਰੰਤ ਸਕਰੀਨ ਦੇ ਦਿਖਾਏ ਅਨੁਸਾਰ ਸਬਸਕ੍ਰਾਈਬ ਕਰ ਲੋ ਅਤੇ ਘੰਟੀ ਦੇ ਨਿਸ਼ਾਨ ਨੂੰ ਵੀ ਦਬਾ ਦਿਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਪਤਾ ਲੱਗ ਸਕੇ ਪੰਜਾਬ ਸਰਕਾਰ ਨੇ ਸ਼ਾਹਕੋਟ ਜਿਮਣੀ ਚੌਂਕ ਤੋਂ ਫੌਰੀ ਬਾਅਦ ਬਸਾਂ ਦੇ ਕਿਰਾਏ 6 ਪੈਸੇ ਪ੍ਰਤੀ ਵਧਾ ਦਿੱਤੇ ਕਿਲੋਮੀਟਰ ਦਾ ਵਾਧਾ ਕਰ ਦਿੱਤਾ ਇਸ ਨਾਲ ਆਮ ਕਿਰਾਇਆ 1.4 ਪੈਸੇ ਤੋਂ ਵੱਧ ਕੇ 1.10 ਰੁਪਏ ਪ੍ਰਤੀ ਕਿਲੋਮੀਟਰ ਹੋ ਗਿਆ ਹੈ HVAC ਬਸਤਾ ਕਰਾਇਆ 20% ਵਾਧੇ ਨਾਲ 1.50 ਰੁਪਏ ਕਿਲੋਮੀਟਰ ਹੋ ਗਿਆ ਹੈ 20% ਦੇ ਵਾਧੇ ਤਹਿਤ ਇੰਟੈਗਰ ਕੋਚਤਾ ਕਰਾਇਆ 3.38 ਰੁਪਏ ਤੇ 100% ਦੇ ਵਾਧੇ ਤਹਿਤ ਸੁਪਰ ਇੰਟੈਗਰ ਕੋਚਤਾ ਕਰਾਇਆ 5.76 ਰੁਪਏ ਹੋ ਗਿਆ ਹੈ ਵਾਧਾ ਪਹਿਲੀ ਜੂਨ ਤੋਂ ਯਾਨੀ ਕੱਲ ਤੋਂ ਲਾਗੂ ਕਰ ਦਿੱਤਾ ਗਿਆ ਹੈ ਕਿਸਾਨ ਜਥੇਬੰਦੀਆਂ ਵੱਲੋਂ ਪੂਰੇ ਭਾਰਤ ਵਿੱਚ ਦੁੱਧ ਸਬਜ਼ੀਆਂ ਆਦਿ ਦੇ ਬੰਦੇ ਸੱਦੇ ਕਾਰਨ ਗਰੀਬ ਤੇ ਮੱਧ ਵਰਗ ਦੇ ਲੋਕਾਂ ਦਾ ਜੀਵਣਾ ਦੁੱਭਰ ਹੋ ਕੇ ਰਹਿ ਗਿਆ ਹੈ ਸੋਸ਼ਲ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਲੋਕਾਂ ਨੇ ਪੋਸਟਾਂ ਪਾਈਆਂ ਕਿ ਗਰੀਬ ਤੇ ਦਲਤਾਂ ਇਹ ਗਰੀਬ ਤੇ ਦਲਤਾਂ ਦੀ ਨਹੀਂ ਸਕੋ ਨਰੋਲ ਜੱਟ ਭਾਈਚਾਰੇ ਦੀ ਹੜਤਾਲ ਹੈ ਲੋਕਾਂ ਨੇ ਇਹ ਵੀ ਲਿਖਿਆ ਹੈ ਕਿ ਹੁਣ ਜਦੋਂ ਇਹਨਾਂ ਜਦੋਂ ਝੋਨਾ ਲੱਗੇਗਾ ਤਾਂ ਗਰੀਬ ਤੇ ਦਲਤ ਝੋਨਾ ਲਾਉਣ ਲਈ ਵਦੇਰੇ ਮੁੱਲ ਮੰਗਣਗੇ ਕੀ ਕਿਸਾਨ ਦੇਣਗੇ ਇਹ ਵੀ ਕਿਹਾ ਗਿਆ ਕਿ ਕੀ ਕਿਸਾਨ ਆਪਣਾ ਝੋਨਾ ਮੰਡੀਆਂ ਚ ਵੇਚੇਗਾ ਇਹ ਵੀ ਕਿਹਾ ਗਿਆ ਕਿ ਹੁਣ ਜਦੋਂ ਗਰੀਬ ਲੋਕਾਂ ਦਾ ਦੋ ਮਹੀਨੇ ਸਬਜ਼ੀ ਵੇਚਣ ਦਾ ਸੀਜ਼ਨ ਸੀ ਉਦੋਂ ਕਿਸਾਨਾਂ ਨੂੰ ਅੰਦੋਲਨ ਚੇਤੇ ਆ ਗਿਆ ਪਹਿਲਾਂ ਅੰਦੋਲਨ ਚੇਤੇ ਕਿਉਂ ਨਾ ਆਇਆ ਔਰ ਅੰਦੋਲਨੀ ਇਹ ਵੀ ਕਿਹਾ ਗਿਆ ਹੈ ਕਿ ਸੜਕਾਂ ਉੱਤੇ ਧੱਕੇ ਨਾਲ ਵਗਾਈਆਂ ਗਈਆਂ ਦੁੱਧ ਦੀਆਂ ਨਦੀਆਂ ਤੇ ਵਾਹਾਂ ਵਿੱਚੋਂ ਲਾਹੀ ਗਈ ਸਬਜ਼ੀ ਪਸ਼ੂ ਆਗੇ ਸੁੱਟ ਕੇ ਰੋਲੀ ਗਈ ਮੋਦੀ ਸਰਕਾਰ ਤੋਂ ਨਿਸ਼ਾਨਾ ਇਹ ਕਿਸਾਨਾਂ ਨੇ ਕਿਹੜਾ ਭਾਅ ਵਧਾ ਲਿਆ ਦੱਸਿਆ ਜਾਏ ਔਰ ਜਿਹੜਾ ਬੰਦਾ ਰੋਜ਼ ਦੀ ਰੋਜ਼ 100 ਰੁਪਇਆ ਵਟ ਵੇਚ ਕੇ ਘਰ ਚੁੱਲਾ ਬਾਲਦਾ ਸੀ ਉਸ ਦਾ ਚੁੱਲਾ ਠੰਡਾ ਕਰਕੇ ਕਿਸਾਨਾਂ ਨੂੰ ਕੀ ਲੱਭਾ ਇਹ ਵੀ ਗੱਲ ਸਾਹਮਣੇ ਆਈ ਸੋਸ਼ਲ ਸੈਕਟਰ ਤੇ ਕਿ ਧਰਨੇ ਲਾਉਣ ਵਾਲੇ ਸਰਦੇ ਪੁੱਜਦੇ ਘਰਾਂ ਦੇ ਕਿਸਾਨ ਹਨ ਇਹਨਾਂ ਦੇ ਧਰਨੇ ਕਾਰਨ ਗਰੀਬ ਦਲਤ ਰਗੜਿਆ ਗਿਆ ਬਹੁਤੀ ਥਾਈਂ ਦੁੱਧੀਆਂ ਤੋਂ ਦੁੱਧ ਖੋ ਕੇ ਪਸ਼ੂਆਂ ਨੂੰ ਪਲਾਏ ਜਾਣ ਦੀਆਂ ਖਬਰਾਂ ਆ ਰਹੀਆਂ ਇੱਕ ਪਿੰਡ ਵਿੱਚ ਇੱਕ ਦੁੱਧੀ ਤੋਂ ਦੁੱਧ ਖੋ ਕੇ ਡੋਲਿਆ ਗਿਆ ਤੇ ਦੁੱਧ ਵਾਲੇ ਡਰਮ ਕਬਜ਼ੇ 'ਚ ਕਰਦਿਆਂ ਕਿਸਾਨਾਂ ਨੇ ਕਿਹਾ ਇਹ ਉਦੋਂ ਤੱਕ ਵਾਪਸ ਨਹੀਂ ਮਿਲਣਗੇ ਜਦ ਤੱਕ ਮੋਦੀ ਸਰਕਾਰ ਕੋਈ ਫੈਸਲਾ ਨਹੀਂ ਕਰੇਗੀ ਅੱਜ ਲੋਕਾਂ ਦੀ ਇਸ ਮੁੱਦੇ ਤੇ ਬਹਿਸ ਸੋਸ਼ਲ ਸਾਈਟਾਂ ਤੇ ਟੀਵੀ ਚੈਨਲਾਂ ਤੇ ਪੱਕੀ ਰਹੀ ਕੋਈ ਕਿਸਾਨ ਪੱਖੀ ਕਿਸਾਨਾਂ ਨੂੰ ਤੇ ਕੋਈ ਗਰੀਬ ਮਜ਼ਦੂਰ ਪੱਖੀ ਛੋਟੇ ਦੁਕਾਨਦਾਰ ਪੱਖੀ ਤਬਕੇ ਦੇ ਹੱਕ ਵਿੱਚ ਬੋਲਦਾ ਸੁਣਾਈ ਦੇ ਰਿਹਾ ਸੀ ਉੰਜ ਅੰਦਰੇ-ਅੰਦਰ ਅਜਿਹੇ ਛੋਟੀਆਂ ਹਟੀਆਂ ਵਾਲਿਆਂ ਦੇ ਮਨਾਂ ਅੰਦਰ ਰੋਸਾ ਪਾਇਆ ਜਾ ਰਿਹਾ ਹੈ ਤੇ ਉਹਨਾਂ ਦਾ ਗੁੱਸਾ ਉਬਾਲੇ ਮਾਰ ਹੈ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਕਿਸਾਨਾਂ ਨੇ ਦੁੱਧ ਤੇ ਸਬਜ਼ੀਆਂ ਸ਼ਹਿਰਾਂ 'ਚ ਨਹੀਂ ਭੇਜੀਆਂ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਤੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੇ ਇਸ ਹੜਤਾਲ ਦੀ ਹਮਾਇਤ ਕੀਤੀ ਸਨਾਮ ਸਿੰਘ ਬੈਰੋਦੀ ਗਵਾਈ ਵਾਲੀ ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਹੜਤਾਲ ਦੇ ਮੂਰੀਨ ਸ਼ਾਮਲ ਹੈ ਕਿਸਾਨ ਜਥੇਬੰਦੀਆਂ ਕਹਿੰਦੀਆਂ ਕਿ ਸਬਜ਼ੀਆਂ ਤੇ ਦੁੱਧ ਦੇ ਵਾਜਬ ਭਾਅ ਨਹੀਂ ਮਿਲਦੇ ਇਸ ਲਈ ਇੱਕ ਯੂਨੀਅਨ ਯਾਨੀ ਕੱਲ ਤੋਂ 10 ਜੂਨ ਤੱਕ ਦੁੱਧ ਤੇ ਸਬਜ਼ੀਆਂ ਸ਼ਹਿਰਾਂ 'ਚ ਨਹੀਂ ਆਉਣ ਦਿੱਤੀਆਂ ਜਾਣਗੀਆਂ ਜੇਕਰ ਕਿਸੇ ਨੂੰ ਜ਼ਰੂਰਤ ਹੈ ਤਾਂ ਉਹ ਪਿੰਡ ਵਿੱਚ ਆ ਕੇ ਵਸਤਾ ਖਰੀਦ ਸਕਦਾ ਹੈ ਲੋਕਾਂ ਨੇ ਕਿਸਾਨਾਂ ਦੀਆਂ ਮੰਗਾਂ ਦਾ ਸਮਰਥਨ ਕਰਦਿਆਂ ਨੇਤੀਆਂ ਲੋੜਾਂ ਲਈ ਕਈ ਥਾਈਂ ਸਬਜ਼ੀਆਂ ਤੇ ਦੁੱਧ ਖੁਦ ਪਿੰਡਾਂ ਤੋਂ ਜਾ ਕੇ ਖਰੀਦੇ ਨਵੀਂ ਦਿੱਲੀ ਤੋਂ ਖਬਰਾਂ ਕਿਸਾਨਾਂ ਵੱਲੋਂ ਸ਼ੁਰੂ ਕੀਤੇ 10 ਰੋਜ਼ਾ ਦੇਸ਼ ਵਿਆਪੀ ਅੰਦੋਲਨ ਦੇ ਸਬੰਧ ਵਿੱਚ ਕੇਂਦਰੀ ਖੇਤੀਬਾੜੀ ਸਕੱਤਰ ਐਸਕੇ ਪਟਨਾਇਕ ਦਾ ਆਖਣਾ ਕਿਸਾਨਾਂ ਵੱਲੋਂ ਉਠਾਏ ਗਏ ਮੁੱਦੇ ਸਥਾਨਕ ਪੱਧਰ ਦੇ ਐ ਕੇਂਦਰ ਵੱਲੋਂ ਇਹ ਮਾਮਲੇ ਸਬੰਧਤ ਸੁਭਾਈ ਸਰਕਾਰਾਂ ਕੋਲ ਉਠਾਏ ਜਾਣਗੇ ਉਹਨਾਂ ਨਾਲ ਕਿਹਾ ਕਿ ਜਿਹੜੇ ਮਸਲੇ ਕੇਂਦਰ ਦੇ ਹੱਲ ਕਰਨ ਵਾਲੇ ਐ ਉਹਨਾਂ ਤੇ ਯਕੀਨਨ ਉਹਨਾਂ ਦਾ ਮੰਤralਾ ਗੌਰ ਕਰੇਗਾ ਉਹਨਾਂ ਨੇ ਕਿਹਾ ਕਿ ਹਾਲ ਦੀ ਘੜੀ ਅੰਦੋਲਨਗਾਰੀਆਂ ਨੇ ਸਾਡੇ ਨਾਲ ਕੋਈ ਮੀਡੀਆ ਇਹ ਮਾਮਲਾ ਉਠਾਰਿਆ ਹੈ ਜਿਸ ਸੰਬੰਧੀ ਕੇਂਦਰ ਸਰਕਾਰ ਕਹਿੰਦੀ ਹੈ ਕਿ ਅਸੀਂ ਪੂਰੇ ਪੂਰੇ ਚੌਕਸਾਂ ਬਠਿੰਡਾ ਖੇਤੇ ਵਿੱਚ 10 ਦਿਨ ਹੜਤਾਲ ਕਰਨ ਦੁੱਧ ਦੇ ਕਾਰੋਬਾਰ ਨੂੰ 60 ਵਜੇ ਭਾਰਤੀ ਕਿਸਾਨ ਯੂਨੀਅਨ ਨੇ ਪਿੱਥੋ ਸੰਧਵਾ ਆ ਦੀ ਪਿੰਡਾਂ ਚ ਸ਼ਹਿਰੀ ਸਪਲਾਈ ਰੋਕ ਦਿੱਤੀ ਹੈ ਬਠਿੰਡਾ ਦੇ ਮਿਲਕ ਪਲਾਂਟ ਦਾ ਕਾਰੋਬਾਰ ਹੜਤਾਲ ਕਰਨ ਦਾ ਡਾਡਾ ਪ੍ਰਭਾਵਤ ਇਸ ਤਰ੍ਹਾਂ ਪ੍ਰਾਈਵੇਟ ਬਾਬਾ ਮਿਲਕ ਦਾ ਕੰਮ ਵੀ ਪ੍ਰਭਾਵਤਤਾ ਹੈ ਵਿਰਵਮ ਮੁਤਾਬਕ ਮਿਲਕ ਪਲਾਂਟ ਪਟੰਡਾ ਦੀਆਂ ਤੇ ਮਾਨਸਾ ਚ ਕਰੀਬ 400 ਪਿੰਡੂ ਮਿਲਕ ਸਹਿਕਾਰੀ ਸੁਭਾਵਾਂ ਜਿਨ੍ਹਾਂ ਤੇ ਦੁੱਧ ਇਕੱਠਾ ਕਰਨ ਦਾ ਕੰਮ ਠੱਪ ਗਿਆ ਮਿਲਕ ਫੈਟ ਪੰਜਾਬ ਚ ਦਰਜਨ ਮਿਲਕ ਪਲਾਂਟ ਨੇ ਜਿਨ੍ਹਾਂ ਚੋਂ ਫੀਦਕੋਟ ਫਰੋਜਪੁਰ ਤੇ ਮਿਲਕ ਪਲਾਂਟਾਂ ਦੀ ਦੁੱਧ ਕਲੈਕਸ਼ਨ ਕਰੀਬ 15% ਦੀ ਰਹਿ ਗਈ ਸੂਤਰ ਕਹਿੰਦੇ ਆ ਦੁੱਧ ਕਨੈਕਸ਼ਨ ਘਟਣ ਕਰਕੇ ਮਿਲਕ ਪਲਾਂਟਾਂ ਤੇ ਹੋਰਨਾਂ ਉਤਪਾਦ ਤੇ ਡਾਢ ਆਸਰ ਪਿਆ ਦੂਜੇ ਬੰਨੇ ਕਿਸਾਨ ਜਥੇਬੰਦੀਆਂ ਵੱਲੋਂ ਸ਼ਹਿਰਾਂ ਵਿੱਚ ਕਿਸਾਨਾਂ ਦੀ ਹੜਤਾਲ ਦੇ ਦਿੱਤੇ ਸੱਦੇ ਨੂੰ ਪਹਿਲੇ ਦਿਨ ਵੀ ਪਰਮਾ ਹੰਗਾਰਾ ਮਿਲਿਆ ਦੂਜੇ ਦਿਨ ਵੀ ਸ਼ਹਿਰ ਦੀ ਮੁੱਖ ਸਬਜ਼ੀ ਮੰਡੀ ਵਿੱਚ ਕੋਈ ਵੀ ਕਿਸਾਨ ਸਬਜ਼ੀ ਤੇ ਫਲ ਲੈ ਕੇ ਨਹੀਂ ਆਇਆ ਤੇ ਨਾ ਸ਼ਹਿਰਾਂ ਦੀਆਂ ਮੁੱਖ ਡੇਰੀਆਂ ਤੇ ਦੋਦੀ ਨਜ਼ਰ ਆਏ। ਕੁਝ ਇੱਕ ਵਿਅਕਤੀ ਸਬਜ਼ੀ ਮੰਡੀ 'ਚ ਖਰਬੂਜੇ ਤੇ ਹਰੀਆਂ ਸਬਜ਼ੀਆਂ ਲੈ ਕੇ ਆਏ ਸਨ ਪਰੰਤੂ ਕਿਸਾਨਾਂ ਦੇ ਵਿਰੋਧ ਕਾਰਨ ਇਹਨਾਂ ਦੀ ਬੋਲੀ ਨਹੀਂ ਹੋਈ। ਇਸੇ ਕਰਕੇ ਸ਼ਹਿਰਾਂ ਦੇ ਮੁੱਖ ਬਾਜ਼ਾਰਾਂ ਵਿੱਚੋਂ 25% ਦੇ ਕਰੀਬ ਰੇੜੀਆਂ ਮੁਕਤਦਾਨਾ ਬੰਦ ਰਹੀਆਂ। ਹਾਲਾਂਕਿ ਕੁਝ ਖੀਰੇ ਬਾਜ਼ਾਰਾਂ ਨੇ ਕਿਸਾਨਾਂ ਦੀ ਹੜਤਾਲ ਦਾ ਫਾਇਦਾ ਉਠਾਉਣ ਦੇ ਮਕਸਦ ਨਾਲ ਰਾਤੋਂ-ਰਾਤ ਆਲੂ, ਖਰਬੂਜੇ, ਤਰਬੂਜ, ਹਰੀਆਂ ਮਿਰਚਾਂ ਦੇ ਭਾਅ ਤੈਨੂੰ ਗੁਣਾ ਵਧਾ ਦਿੱਤੇ ਔਰ ਕਿਸਾਨਾਂ ਨੇ ਆਪਣੀ ਹੜਤਾਲ ਤੇਜ ਕੀਤੀਆਂ ਮੁੱਖ ਸੜਕਾਂ ਤੇ ਡਾਢੀ ਨਜ਼ਰ ਰੱਖੀ